ਫਲੋਰ ਵਿਖੇ ਮੋਟਰਸਾਈਕਲ ਰੇੜਾ ਯੂਨੀਅਨ ਇਲਾਕਾ ਫਲੋਰ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਨਾਮ ਤੇ SDM ਫਲੋਰ ਅਤੇ DSP ਫਲੋਰ ਰਾਹੀਂ ਭੇਜਿਆ ਗਿਆ ਇੱਕ ਮੰਗ ਪੱਤਰ। ਯਤਨ ਆਸੀਏ ਕਿ ਫਲੋਰ ਵਿਖੇ ਮੋਟਰਸਾਈਕਲ ਰੇੜਾ ਯੂਨੀਅਨ ਇਲਾਕਾ ਫਲੋਰ ਦੇ ਵਰਕਰ ਭਾਰੀ ਗਿਣਤੀ ਵਿੱਚ ਇਕੱਠੇ ਹੋਏ ਅਤੇ ਆਪਣੀਆਂ ਸਮੱਸਿਆਵਾਂ ਸੰਬੰਧੀ ਅਤੇ ਮੰਗਾਂ ਸੰਬੰਧੀ ਇੱਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਮ SDM ਫਲੋਰ ਅਤੇ DSP ਫਲੋਰ ਨੂੰ ਵੀ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਗਰੀਬ ਪਰਿਵਾਰਾਂ ਦੇ ਰੁਜ਼ਗਾਰ ਨੂੰ ਨਾ ਉਜਾੜਿਆ ਜਾਵੇ ਅਤੇ ਇਲੈਕਟ੍ਰੋਨਿਕ ਵਾਹਨਾਂ ਵਾਂਗ ਮੋਟਰਸਾਈਕਲ ਰੇੜਿਆਂ ਨੂੰ ਵੀ ਮਾਨਤਾ ਦਿੱਤੀ ਜਾਵੇ ਕਿਉਂਕਿ ਜਿੱਥੇ ਆਮ ਲੋਕਾਂ ਦੇ ਸਸਤੇ ਵਿੱਚ ਨਿੱਕੇ ਨਿੱਕੇ ਕੰਮ ਹੁੰਦੇ ਹਨ ਉੱਥੇ ਇਹ ਗਰੀਬ ਲੋਕਾਂ ਦਾ ਰੁਜ਼ਗਾਰ ਵੀ ਚੱਲਿਆ ਹੋਇਆ ਹੈ। ਉਹਨਾਂ ਕਿਹਾ ਹੈ ਕਿ ਮੋਟਰਸਾਈਕਲ ਰੇੜਿਆਂ ਦਾ ਕੰਮ ਸਿੱਧਾ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ, ਜਿਵੇਂ ਕਿ ਖੇਤਾਂ ਵਿੱਚੋਂ ਪੱਠੇ ਜਾਂ ਚਾਰਾ ਲਿਆਉਣਾ, ਗੋਹਾ ਜਾਂ ਰੂੜੀ ਢੋਣ ਦੇ ਪਸ਼ੂਆਂ ਲਈ ਖੁਰਾਕ ਦਾ ਪ੍ਰਬੰਧ ਆਦਿ ਹੈ। ਇਸ ਸਮੇਂ ਵਿੱਚ ਮੰਗ ਪੱਤਰ DSP ਫਲੋਰ ਨੂੰ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਮੋਟਰਸਾਈਕਲ ਰੇੜਿਆਂ ਵਾਲਿਆਂ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਤੰਗ ਪਰੇਸ਼ਾਨ ਕਰਨਾ ਬੰਦ ਕੀਤਾ ਜਾਵੇ। ਇਸ ਸਮੇਂ ਸ਼ਹਿਰ ਵਿੱਚ ਇੱਕ ਰੋਸ ਮਾਰਚ ਵੀ ਕੀਤਾ ਗਿਆ ਅਤੇ ਰੈਲੀ ਵੀ ਕੱਢੀ ਗਈ, ਜਿਸ ਨੂੰ ਭਰਾਤਰੀ ਜਥੇਬੰਦੀਆਂ ਦੇ ਆਗੂ ਦਿਹਾਤੀ ਮਜ਼ਦੂਰ ਸਭਾ ਦੇ ਜਰਨੈਲ ਫਲੋਰ, ਪਰਮਜੀਤ ਰੰਧਾਵਾ, ਮਨਜੀਤ ਸੂਰਜਾ, ਮੇਜਰ ਫਲੋਰ, ਮਾਸਟਰ ਹਾਂਸਰਾਜ ਸੰਤੋਪਰਾ, ਰਾਮ ਲਵਾਇਆ ਭੈਣੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਪੁਰਸ਼ੋਤਮ ਫਲੋਰ, ਜਸਵੰਤ ਅੱਟੀ, ਜਮਹੂਰੀ ਕਿਸਾਨ ਸਭਾ ਦੇ ਆਗੂ ਕੁਲਦੀਪ ਫਲੋਰ, ਤੇਜਿੰਦਰ ਧਾਲੀਵਾਲ, ਮੱਖਣ ਫਲੋਰ, ਪ੍ਰਭਾਤ ਕਵੀ, ਗੌਰਵ ਮਹਿਮੀ ਨੇ ਖਾਸ ਤੌਰ 'ਤੇ ਸੰਬੋਧਨ ਕੀਤਾ ਅਤੇ ਮੋਟਰਸਾਈਕਲ ਰੇੜਾ ਯੂਨੀਅਨ ਦੇ ਹਰ ਪੱਖੋਂ ਮਦਦ ਕਰਨ ਦਾ ਐਲਾਨ ਕੀਤਾ। ਮੰਗ ਪੱਤਰ ਦੇਣ ਸਮੇਂ ਅਗਵਾਈ ਗੁਰਦੀਪ ਸਿੰਘ ਨੇ ਕੀਤੀ। ਇਸ ਸਮੇਂ ਸਕੱਤਰ ਜਸਵੰਤ ਰਾਏ, ਕੈਸ਼ੀਅਰ ਅਮਰਜੀਤ, ਮੈਂਬਰ ਵੀਰ ਪ੍ਰਤਾਪ, ਕੁਲਵਿੰਦਰ ਕੁਮਾਰ ਤੇਂਗ, ਸੋਮਨਾਥ, ਹੁਸਨ ਲਾਲ ਨਗਰ, ਤਿਲਕ ਰਾਜ, ਰਜਿੰਦਰ ਕੁਮਾਰ ਸ਼ਿੰਦਾ ਫਲੋਰ, ਦਰਸ਼ਨ ਲਾਲ, ਸਤਨਾਮ ਸਿੰਘ, ਸੁਰਜੀਤ ਸਿੰਘ, ਮਲਕੀਤ ਕੁਮਾਰ, ਸੁਖਦੇਵ ਬੰਗੜ ਅਪਰਾ, ਸ਼ਿੰਦਰਪਾਲ ਚੱਕ ਸਾਬੂ, ਲਵਪ੍ਰੀਤ ਸ਼ੋਕਰਾਂ, ਹਰਬੰਸਲਾ, ਦਾਰਾਪੁਰ, ਜਗਿੰਦਰਪਾਲ ਅਤੇ ਸੰਦੀਪ ਆਦਿ ਹਾਜ਼ਰ ਸਨ। APN ਨਿਊਜ਼ ਪੰਜਾਬੀ ਲਈ ਫਲੋਰ ਤੋਂ ਸੁਰਿੰਦਰ ਸਿੰਘ ਦੇ ਨਾਲ ਪ੍ਰਭਪਾਲ ਦੀ ਵਿਸ਼ੇਸ਼ ਰਿਪੋਰਟ। ਜਗਾੜੂ ਰੇੜਾ ਯੂਨੀਅਨ ਦੇ ਪ੍ਰਧਾਨ ਹੋ, ਅੱਜ ਤੁਸੀਂ ਮੈਂ ਖਰ 100-150 ਦੇ ਕਰੀਬ ਤੁਸੀਂ ਅੱਜ ਇੱਥੇ ਮੈਂਬਰ ਇਕੱਠੇ ਹੋਏ ਆ ਆਪਣੇ ਰੇੜਿਆਂ ਦੇ ਨਾਲ, ਠੀਕ ਹੈ ਨਾ? ਹਾਂਜੀ। ਕੀ ਸਾਡੀ ਮੁਸ਼ਕਲ ਹੈਗੀ ਆ ਸਾਰੀ ਤੇ ਅੱਜ ਤੁਸੀਂ ਇਕੱਠੇ ਕਿਉਂ ਹੋਏ ਇੱਥੇ? ਸਾਡੀ ਮੁਸ਼ਕਲ ਇਹ ਆ ਜੀ, ਸਾਡੇ ਚਲਾਨ ਕੀਤੇ ਜਾਂਦੇ ਰੇੜੇ ਦੇ ਜੀ, ਹੋਰ ਸਾਨੂੰ ਜਿੱਥੇ ਵੀ ਜਗਰਾ ਨਹੀਂ ਮਿਲਦਾ ਅਸੀਂ ਕਰਦੇ ਹਾਂ, ਉਦੋਂ ਫਿਰ ਵੀ ਪੁਲਿਸ ਵਾਲੇ ਸਾਡਾ ਚਲਾਨ ਕਰ ਦਿੰਦੇ ਆ। ਠੀਕ ਆ। ਹੋਰ ਸਾਨੂੰ ਇਹ ਆ ਕਿ ਸਰਕਾਰ ਨੂੰ ਚਾਹੀਦਾ ਵੀ ਜਾਂ ਇਹਨਾਂ ਦੇ ਟੈਕਸ ਲਾਇਆ ਜਾਵੇ ਜਾਂ ਫਿਰ ਇਹਨਾਂ ਨੂੰ ਕੁਛ ਜਾਂ ਨੌਕਰੀ ਦਿੱਤੀ ਜਾਣ। ਠੀਕ ਆ, ਤੁਹਾਡਾ ਮਤਲਬ ਕਹਿਣ ਦਾ ਵੀ ਜੇ ਇਹ ਜਿਹੜੇ ਮੋਟਰਸਾਈਕਲ ਵੱਢ ਕੇ ਬਣਾਏ ਆ ਇਹਨਾਂ ਨੂੰ ਜਿਆਦਾ ਟੈਕਸ ਪੇਡ ਕਰ ਦਿੱਤਾ ਜਾਵੇ, ਇਹਨਾਂ ਨੂੰ ਟੈਕਸ ਲਾ ਦਿੱਤਾ ਜਾਵੇ, ਟੈਕਸ ਲਾਇਆ ਜਾਵੇ, ਟੈਕਸ ਲਾਇਆ ਲੀਗਲ ਕਰ ਦਿੱਤਾ ਜਾਵੇ ਨਾ। ਹਾਂਜੀ ਹਾਂਜੀ, ਇਹੀ ਤੁਹਾਡੀ ਮੰਗ ਹੈਗੀ ਆ? ਹਾਂਜੀ ਹਾਂਜੀ। ਤੇ ਅਗਰ ਇਹ ਸਰਕਾਰ ਤੁਹਾਡੀਆਂ ਗੱਲਾਂ ਨਹੀਂ ਮੰਨਦੀ ਹੈਗੀ, ਤੁਹਾਡੀ ਮੰਗ ਨਹੀਂ ਮੰਨਦੀ ਹੈਗੀ, ਨਹੀਂ ਟੈਕਸ ਇਹਨੂੰ ਲਾਉਂਦੀ ਹੈਗੀ, ਤਾਂ ਫਿਰ ਅਗਲਾ ਸਟੈਪ ਤੁਹਾਡਾ ਕੀ ਹੈਗਾ? ਅਗਲਾ ਇਹ ਆ ਜੀ, ਸਾਨੂੰ ਜਾਂ ਨੌਕਰੀ ਦਿੱਤੀ ਜਾਣ। ਓਕੇ। ਹੋਰ ਜਿਹੜਾ ਅਸੀਂ ਛੱਡ ਦਾਂਗੇ ਰੇੜੇ, ਸਾਨੂੰ ਨੌਕਰੀਆਂ ਦਾ ਅਧਿਕਾਰ ਮਿਲਿਆ ਜਾਵੇ। ਹਾਂਜੀ ਸਰ, ਅਸੀਂ ਅੱਜ ਫਲੋਰ ਦੇ ਵਿੱਚ ਰੇੜਾ ਯੂਨੀਅਨ ਬਣਾਈ ਹੋਈ ਆ ਅਤੇ ਸਾਡੀਆਂ ਜਿਹੜੀਆਂ ਮੰਗਾਂ ਆ ਉਹ ਸਾਡੀਆਂ ਪੂਰੀਆਂ ਕੀਤੀਆਂ ਜਾਣ। ਗੌਰਮੈਂਟ ਵੋਟਾਂ ਲੈਣ ਦੇ ਟਾਈਮ ਕਹਿ ਰਹੀ ਸੀਗੀ ਕਿ ਅਸੀਂ ਹਰ ਘਰ ਨੂੰ, ਹਰ ਬੰਦੇ ਨੂੰ ਟਿਫਨ ਫੜਾਉਣਾ ਰੋਟੀ ਵਾਲਾ ਹੱਥ ਦੇ ਵਿੱਚ, ਪਰ ਅੱਜ ਜਿਹੜੇ ਸਾਡੇ ਕੋਲ ਅਸੀਂ ਜੇ ਕੰਮ ਕਰਦੇ ਹਾਂ ਜਾਂ ਰੋਟੀ ਕਮਾਉਂਦੇ ਹਾਂ ਸਾਡੇ ਦਾ ਹੱਥਾਂ 'ਚ ਉਹ ਵੀ ਖੋਈ ਜਾ ਰਹੀ ਆ। ਠੀਕ ਆ ਜੀ, ਇਹਨਾਂ ਨੇ ਵੋਟਾਂ ਲੈਣ ਦੇ ਟਾਈਮ ਕਿਹਾ ਸੀਗਾ ਅਸੀਂ ਹਰ ਘਰ ਦੇ ਵਿੱਚ ਹਰ ਬੰਦੇ ਦੇ ਹੱਥ 'ਚ ਰੋਟੀ ਵਾਲਾ ਟਿਫਨ ਫੜਾਵਾਂਗੇ। ਜੇ ਤੁਸੀਂ ਸਰਕਾਰ ਦੀ ਗੱਲ ਕਰਦੇ ਆ, ਇੱਥੇ ਮੌਜੂਦਾ ਹਲਕਾ ਇੰਚਾਰਜ ਹੈਗੇ ਆ ਪ੍ਰਿੰਸੀਪਲ ਪ੍ਰੀਤ ਕੁਮਾਰ ਜੀ, ਹਾਂਜੀ, ਤੁਸੀਂ ਉਹਨਾਂ ਨੂੰ ਆਪਣੀ ਮੁਸ਼ਕਲ ਦੱਸੀ ਸੀ, ਉਹ ਵੀ ਤੁਹਾਡੇ ਘਰ ਵੋਟਾਂ ਮੰਗਣ ਗਏ ਹੋਣੇ ਆ? ਭਾਜੀ ਹਰ ਕੋਈ ਵੋਟਾਂ ਮੰਗਣ ਗਿਆ ਆ, ਅਸੀਂ ਪ੍ਰਿੰਸੀਪਲ ਪਿੱਛੇ ਅਸੀਂ ਇਹਨਾਂ ਨੂੰ ਵੀ ਮੰਗ ਪੱਤਰ ਦਿੱਤਾ ਸੀਗਾ,
आम पार्टी के प्रिंसीपल के दफ्तर गए थे, इन्हों पत्र दिता गया है पर साड़ी कोई सुनवाई हो ही नहीं हैगी। ठीक है जी, साढ़े मोटिया रकम के चलान किए जा रहे हैं पर असि यह गरीब बंदे कितों चलान भर गए दसो जी। अदरवाइज थानू पुलिस थानू तंग करती हैगी, थोड़े चलान कटते हैं, तुम हल्का इंचार्ज जाके अपनी मुश्किल दस सकते हैं ना सर जी। असी प्रेम कुमार प्रिंसीपल के दफ्तर गए थे, उन्होंने असी रजिंदर संतू होना के सामने उन्हों का पेपर उन्होंने हाथी मांग पत्र दिता गया है साड़ी, वो कहते सी तुहाडा मसला हल हो जूगा लेकिन साडा इस टाइम कोई मसला हल नहीं हो रहा। संपर्क किया मुड़ के असी उन्होंने फोन से गलबात की थी, वो कहते असी थानू गल करके दसांगे बट सानू ओदा कोई भी मसला हल कुछ नहीं मिला है। अदरवाइज सरकार थोड़ियां जिहड़ी मंगा नहीं मानती फिर थोड़ा की स्टेप हैगा? असी इस तों गाला गाह होर संघर्ष तेज करांगे। ठीक है जी, सानू गवर्नमेंट सानू काम दे, साडी नहीं ये काम करदे, सानू काम दिता जावे। कितने साथी ने दस्सिया भी जिहड़े छोटे हाथी वाले आ वो सानू तंग परेशान करदे हैगे आ? छोटे हाथी वाले सानू तंग परेशान कर रहे आ, वो कहते भी तुसी ये काम ना करो, तुसी साडे काम ये करदे आ बट असी हुण ये सारे काम करदे, असी कित्थे जाइए? साडे रोटी तोरी फलका इसी चीज तो चल रहा है। नहीं छोटे हाथे वाली तो थानू थोड़ा अधिकार है थानू रोकण दा, वो तो जिदा तुसी प्रशासन कोई मंग पत्र दिता तो वह दे सकते हैं, वह तो प्रशासन उन्होंने कोई कार्रवाई कर भाजी मंग पत्र दिता से साड़ी कोई सुनवाई नहीं हो रही, साड़ी कोई सुनवाई नहीं होनी, साडे चलान हो रहे मोटिया रकमों के असी रेड़ा छड के जावे साडा इतों तोरी फलका चलता है, असं मान लो ये काम नहीं करते तो असं न्याणे रोटी कितों देनी है? सरकार सानू कोई रुजगार दे असं नहीं काम करते। ठीक है जी, नौकरी दिती है न्याणे कित्थे भुखे मरणगे, कौन रोटी देऊगा इन्हां नूं? नारेबाजी कर रहे हो पंजाब सरकार के खिलाफ की सारी मुश्किल है कि तुसी इकट्ठे क्यों होए? देखो असल दे विच अज जिहड़ा मंग पत्र देने जा रहे हैं SDM नू, SDM राही मुख्यमंत्री पंजाब नू, जिहड़ा कि मोटरसाइकल रेहड़ा मजदूर यूनियन वालों दिता जाना है, जिहड़ी ये फलौर दे विच यूनियन बन गई आ उहदियां मंगां जिहड़ियां आ उह SDM नू देणियां भी मुख्यमंत्री नू साडियां पहुंचदियां करे, उस तों बाद इक मंग पत्र जिहड़ा आ वो डिप्टी साहब देना भी जेडे इन्हां दे चलान कट्टे जा रहे हैं, इन्हां तंग परेशान किया जा रहा, वो तंग परेशान ना किया जाए। ये जेडे लोग आ सिर्फ तो सिर्फ अपनी बच्चों नूं पेट पालन की खातर जेड़ा ये रेहड़ियां ते काम कर रहे हैं, छोटे मोटे काम कर रहे ना कि बड़े नहीं काम कर रहे, इस करके उन्होंने बेनती करने लई अज सारे जेडे लोग आ रेहड़ा यूनियन वाले इकट्ठे हो के अज जेड़ा प्रशासन ते सरकार दे खिलाफ इस करके नारे ला रहे हैं भी पिछले समय दे विच रेहड़िया फड़ फड़ के चलान कट्टे गए, मोटिया रकमों के उन्होंने जुर्माने किए गए, इस करके लोग कट्ठे हुए हैं। जे मान लो इन्हों का रेहड़ा यूनियन वाले ने मांग की है भी जे इन्हों ख बंद करना तो इन्हों पहला रुजगार दिता जाए, रुजगार दे देने तो बाद इन्हों बंद किया जाए। असल जी सच्चाई आ बहुत दूर आ, मान लो भी इतने हालात इदा के आ भी इतने जेडे यदा जगाड़ू रेहड़ा कह रहे हैं भी गैर कानूनी आ पर गैर कानूनी सड़कों से बहुत कुछ चल रहा, वो इन्हों दिस नहीं रहा, भट्ठिया तो इटा ढोई जा रही ट्रालिया राही, ट्रालिया राही मिट्टी ढोई जा रही है, टिप्पर ओवरलोड चल रहे हैं, वो गैर कानूनी नहीं दस रहे, जो गरीब लोग आना गैर कानूनी दस रहे हैं, इस करके अच्छ कट्ठे हो के असी यह मंग पत्र दे देन जा रहे हैं। जे इन दंगा से गौर ना किया गया आने वाले समय के जोड़ा व्डा संघर्ष किया जाऊगा। धन्यवाद जी। रेहड़े हुए हैं ये लगभग तहसील दे अपरे दे ग्राया दे ग्रा अपरे जनूर महल दे लगभग सारे कट्ठे ही है, तहसील की जी यूनियन बनी है, इन होर भी मजबूत करांगे, इस तो बाद होर भी नाल जुड़ रहे हैं। देश विदेश दीयां खबरां देखण लई साडे AP न्यूज़ पंजाबी चैनल नूं सबसक्राइब करो, लाइक करो, शेयर करो अते कमेंट करो जी। देश विदेश दीयां खबरां देखण लई साडे AP न्यूज़ पंजाबी चैनल नूं सबसक्राइब करो, लाइक करो, शेयर करो अते कमेंट करो जी।